धानी
ਮਨ ਦੇਖੇ
ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਹਰ ਕਾ ਮਹਿਲ ਪਛਾਨਾ ਨਾਨਕ ਵਿਸਾਖੀ ਪ੍ਰਭ ਪਾਵੈ ਵਿਸਾਖ ਵਹਿਲਾ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ ਸਾਖਾ ਵੇਸ ਕਰੇ ਆਵੋ ਦਇਆ ਕਰੇ ਤਿਓ ਸ਼ਿੰਗਾਰ ਮਿਲਣ ਕੇ ਤਾਈ ਸ਼ਿੰਗਾਰ ਮਿਲਣ ਕੇ ਤਾਈ ਸਖੀ ਸਖੀ ਕਾਜਲ ਹਾਰ ਤੰਬੋਲ ਸਭੋ ਕਿਛ ਸਾਜਿਆ
आओ दया करे सखी काजल हार तबोल सबो किछ साजया सोले किए श्रृंगार आओ दया करे सोले किए श्रृंगार के अंजन पजया जे कर आवे कंत आओ दया करे जे कर आवे कंत ता सब किछ पाई आओ दया करे जो मैं की सगल सिंगारा जो मैं की सगल सिंगारा तो भी मेरा मन ना पतियारा तो भी मेरा मन ना पतियारा अनिक सुगंधित तन में लावो हर एक काज दे पीछे कोई काज खड़ा है मनुख कोई काम कर रहा है कारोबार कर रहा है तो कोई पूछ सकता है ये क्यों कर रहा है क्यों लफज जीवन दे हर पहलू ते नाल नाल खड़ा है आज दा ये शब्द ਜਿਵੇਂ ਮੈਂ ਕੀਤੀ ਸੀ ਬਾਰਾਂਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਥਾਵਾਂ 'ਤੇ ਨੇ ਇੱਕ ਗੁਰੂ ਅਰਜਨ ਪਾਤਸ਼ਾਹ ਜੀ ਦਾ ਜਿਹੜਾ ਅਸੀਂ ਹਰ ਮਹੀਨੇ ਆਮ ਗੁਰਦੁਆਰਿਆਂ ਅਸਥਾਨਾਂ 'ਤੇ ਪੜ੍ਹਦੇ ਸੁਣਦੇ ਹਾਂ ਅਤੇ ਇੱਕ ਬਾਰਾਂਵਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੁਖਾਰੀ ਰਾਗ ਵਿੱਚ ਉਹ ਅਕਸਰ ਅਗਿਆਤ ਹੈ ਕਿਉਂਕਿ ਅਸੀਂ ਹਮੇਸ਼ਾ ਨਹੀਂ ਪੜ੍ਹਦੇ ਅਤੇ ਮੈਂ ਚਾਹੁੰਦਾ ਸਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰਾਂਵਾਂ ਆਰੰਭਕ ਬਾਰਾਂਵਾਂ ਜਿਹੜਾ ਹੈ ਉਹਦੇ ਵਿੱਚ ਵਿਸਾਖ ਕੀ ਹੈ ਇਹ ਸ਼ਬਦ ਗੁਰੂ ਨਾਨਕ ਦੇ ਤੁਖਾਰੀ ਰਾਗ ਦੇ ਬਾਰਾਂਵਾਂ ਦਾ ਹੈ ਉਹਦੇ ਵਿੱਚ ਵਿਸਾਖ ਵੇਖਣਾ ਕੀ ਹੈ ਸਤਿਗੁਰੂ ਆਖਦੇ ਨੇ ਵਿਸਾਖ ਭਲਾ
ਸਾਖੂ ਬਲਾ ਸਾਖਾ ਵੇਸ ਕਰੇ। ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਨੇ ਵਿਸਾਖ ਦੇ ਅਰਥ ਕਰ ਦਿੱਤੇ ਨੇ, ਅਨਵੇ ਕਰ ਦਿੱਤਾ ਔਰ ਕਿਹੜੇ ਡੀਪ ਗਏ ਨੇ ਵਿਸਾਖ ਲਫਜ਼ ਨੂੰ ਵਰਤਣ ਵਕਤ। ਕਹਿੰਦੇ ਨੇ ਵਿਸਾਖ ਇਹਨੂੰ ਆਖਿਆ ਕਿਉਂ ਜਾਂਦਾ ਹੈ, ਕਿਉਂਕਿ ਕੋਈ ਚੀਜ਼ ਦਾ ਨਾਮ ਜਿਹੜਾ ਹੈ ਉਹਦੇ ਪਿਛੋਕੜ ਵਿੱਚ ਕੋਈ ਇਤਿਹਾਸ ਹੈ। ਇਹਦਾ ਨਾਮ ਵਿਸਾਖ ਕਿਉਂ ਰੱਖਿਆ? ਜੇਠ ਦਾ ਮਹੀਨਾ, ਜੇਠ ਜੁੜਨ ਦਾ ਲੋੜੀਏ, ਕਿਉਂਕਿ ਸਭ ਤੋਂ ਵੱਡਾ ਮਹੀਨਾ ਹੈ। ਤੁਸੀਂ 12 ਮਾਹ ਦੇ ਕਦੇ ਦੇਸੀ ਮਹੀਨਿਆਂ ਦੀ ਗਿਣਤੀ ਕਰੋ ਨਾ, ਸਭ ਤੋਂ ਦਿਨਾਂ ਦੀ ਗਿਣਤੀ ਵਿੱਚ ਵੱਡਾ ਮਹੀਨਾ ਹੈ। ਇਸੇ ਲਈ ਉਹਦਾ ਨਾਂ ਜੇਠ ਰੱਖਿਆ, ਜੇਠ ਵੱਡੇ ਭਰਾ ਨੂੰ ਕਹਿੰਦੇ ਨੇ। ਜੇਠ ਦਾ ਮਤਲਬ ਹੀ ਹੁੰਦਾ ਵੱਡਾ। ਇਹ ਵਿਸਾਖ ਹੈ। ਮੈਂ ਗੱਲ ਕੀਤੀ ਸੀ ਨਾ ਵੀ ਆਪਾਂ ਇੱਥੇ ਗੁਰਬਾਣੀ ਸਮਝਣਾ ਹੈ। ਵਿਸਾਖ ਗੁਰੂ ਇਹ ਸਮਝਾਉਣਾ ਚਾਹੁੰਦੇ ਨੇ ਵਿਸਾਖ ਇਹਦਾ ਨਾਂ ਕਿਉਂ ਰੱਖਿਆ ਤੇ ਉਹਦੇ ਲਈ ਡੀਪ ਜਾਂਦੇ ਹੋਏ, ਗਹਿਰਾਈ ਵਿੱਚ ਜਾਂਦੇ ਹੋਏ ਇਹਨੂੰ ਅਨਵੇ ਕਰਦੇ ਨੇ। ਇੱਕ ਮੈਂ ਆਰੰਭ ਵਿੱਚ ਅਰਜ਼ ਕਰਦੇ ਹਾਂ, ਇੱਕ ਅੱਖਰ ਅੱਖਰ ਹੁੰਦਾ, ਕੋਈ ਸ਼ਬਦ ਨਹੀਂ ਹੁੰਦਾ। ਹਮੇਸ਼ਾ ਅੱਖਰ ਤੁਸੀਂ ਲਿਖੋ ਉਹ ਅੱਖਰ ਹੋਵੇਗਾ। ਸ਼ਬਦ ਲਿਖਣ ਲਈ ਘੱਟੋ ਘੱਟ ਦੋ ਅੱਖਰ ਚਾਹੀਦੇ ਨੇ, ਤਨ ਦੋ ਅੱਖਰ, ਮਨ ਦੋ ਅੱਖਰ। ਜੇ ਇਹਦੇ ਵਿੱਚ ਤੱਤਾ ਵੱਖਰਾ ਕਰ ਦੇਈਏ, ਮੰਮਾ ਵੱਖਰਾ ਕਰ ਦੇਈਏ, ਕੋਈ ਅੱਖਰ ਕੋਈ ਸ਼ਬਦ ਬਣੇਗਾ? ਕੋਈ ਸ਼ਬਦ ਨਹੀਂ। ਸ਼ਬਦ ਲਈ ਘੱਟੋ ਘੱਟ ਦੋ ਅੱਖਰ ਚਾਹੀਦੇ ਨੇ। ਹੁਣ ਇਹਨੂੰ ਲਫਜ਼ ਨੂੰ ਗੁਰੂ ਨਾਨਕ ਪਾਤਸ਼ਾਹ ਅਨਵੇ ਕਰਦੇ ਨੇ, ਕਿੱਡੀ ਗਹਿਰਾਈ ਹੈ। ਮੇਰੀ ਕਾਵਿ ਰਚਨਾ ਨਹੀਂ, ਇਹਦੇ ਲਫਜ਼ ਨੇ ਤਿੰਨ ਅੱਖਰ, ਅੱਖਰ ਤਿੰਨ ਨੇ, ਵਿਸਾਖ ਦੇ ਅੱਖਰ ਤਿੰਨ ਨੇ, ਬਾਕੀ ਤਾਂ ਹਿੰਸੇ ਨੇ ਨਾ, ਵਿਸਾਖ ਦੇ ਅੱਖਰ ਤਿੰਨ ਨੇ। ਵਾਹਵਾ ਸੱਸਾ ਅਤੇ ਖੱਖਾ। ਅਤੇ ਸ਼ਬਦ ਲਈ ਦੋ ਅੱਖਰ ਚਾਹੀਦੇ ਨੇ ਜਿਹਦਾ ਕੋਈ ਅਰਥ ਹੋਵੇ ਘੱਟੋ ਘੱਟ। ਇਸ ਲਈ ਇਹਨਾਂ ਤਿੰਨਾਂ ਅੱਖਰਾਂ ਨੂੰ ਗੁਰੂ ਨਾਨਕ ਦੋ ਥਾਂ 'ਤੇ ਵੰਡਦੇ ਨੇ। ਪਹਿਲੇ ਦੋ ਅੱਖਰ ਇੱਕ ਪਾਸੇ ਕਰਦੇ ਨੇ, ਪਹਿਲੇ ਦੋ ਅੱਖਰਾਂ ਵਿੱਚ ਇੱਕ ਲਾਮ ਆ ਜਾਂਦੀ ਹੈ ਵਾਹਵੇ ਨੂੰ, ਅਤੇ ਅੱਗੇ ਸੱਸਾ ਮੁਕਤਾ ਆ ਜਾਂਦਾ, ਉਹਦਾ ਇੱਕ ਲਫਜ਼ ਬਣ ਗਿਆ ਵੇਸ। ਦੇਖੋ ਗਹਿਰਾਈ ਕਿੰਨੀ ਹੈ ਗੁਰਬਾਣੀ ਵਿੱਚ, ਉਹਦਾ ਇੱਕ ਲਫਜ਼ ਬਣ ਗਿਆ ਵੇਸ। ਅਤੇ ਜੇ ਹੁਣ ਉਸ ਵਿੱਚੋਂ ਦੋ ਅੱਖਰ ਫਿਰ ਬਣਾਉਣੇ ਹੋਣ ਤਾਂ ਫਿਰ ਅਗਲੇ ਅੱਖਰ ਨੂੰ ਨਾਲ ਜੋੜ ਕੇ ਵਿੱਚੋਂ ਸੱਸਾ ਉਹਦੇ ਨਾਲ ਜੋੜ ਦਿਓ, ਅਤੇ ਸੱਸੇ ਨੂੰ ਬਿੰਦ, ਕਿਉਂਕਿ ਕੰਨਾ ਹੈ ਉਹ ਵੀ ਵਿੱਚ ਆ ਜਾਏਗਾ,
ਸੱਸੇ ਨੂੰ ਕੰਨਾਂ ਤੇ ਖੱਖਾ ਜੋੜੋ ਤੇ ਕੀ ਬਣੇਗਾ ਸਾਖ। ਦੋ ਤਿੰਨ ਅੱਖਰਾਂ ਵਿੱਚ ਦੋ ਲਫ਼ਜ਼ ਬਣ ਗਏ, ਵੇਸ ਤੇ ਸਾਖ। ਹੁਣ ਲਫ਼ਜ਼ ਦੇ ਸ਼ਬਦ ਦੇ ਅਰਥ ਹੁੰਦੇ ਨੇ, ਇਸ ਲਈ ਵੇਸ ਦਾ ਅਰਥ ਹੈ ਪਹਿਰਾਵਾ, ਬਾਣਾ। ਆਪਾਂ ਕਿਹੜਾ ਵੇਸ ਪਾਇਆ, ਕਿਹੜਾ ਕੱਪੜਾ ਪਾਉਣਾ, ਕਿਹੋ ਜਿਹਾ ਸੂਟ ਪਾਉਣਾ, ਕਿਸੇ ਲੋਕਾਂ ਦਾ ਕਿਸੇ ਨੇ ਲੋਕਾਂ ਦਾ ਕੀ ਵੇਸ ਹੈ, ਵੇਸ ਦਾ ਮਤਲਬ ਪਹਿਰਾਵਾ, ਦਿਖਾਵਾ। ਸਾਖ, ਸਾਖ ਕਹਿੰਦੇ ਨੇ ਟਾਹਣੀ ਨੂੰ। ਕਿਸੇ ਦਰਖਤ ਦੀਆਂ ਕਿੰਨੀਆਂ ਸ਼ਾਖਾਂ ਨੇ, ਕਿੰਨੀਆਂ ਟਾਹਣੀਆਂ ਨੇ। ਵੇਸ ਕਹਿੰਦੇ ਨੇ ਪਹਿਰਾਵੇ ਨੂੰ। ਹੁਣ ਇਹਨਾਂ ਦੋ ਲਫ਼ਜ਼ਾਂ ਨੂੰ ਜੋੜ ਕੇ ਲਫ਼ਜ਼ ਬਣ ਗਿਆ ਵੇਸਾਖ, ਅਤੇ ਗੁਰੂ ਨਾਨਕ ਨੇ ਇਹਦੇ ਅਰਥ ਕੀਤੇ ਨੇ। ਕਹਿੰਦੇ ਨੇ ਵਿਸਾਖ ਭਲਾ ਵਿਸਾਖ ਭਲਾ ਕਿਉਂ ਸਾਖਾ ਵੇਸ ਕਰੇ। ਸਾਖਾ ਨੇ ਟਾਹਣੀਆਂ ਨੇ ਵੇਸ ਕੀਤਾ, ਵੇਸ ਹੈ ਪਹਿਰਾਵਾ, ਜਿਹਦੇ ਤੋਂ ਪਛਾਣ ਹੁੰਦੀ। ਅੱਜ ਕਿਸੇ ਨਵੀਂ ਥਾਂ 'ਤੇ ਜਾਵਾਂ, ਮੈਂ ਇੱਕ ਵਾਰ ਕੀਤੀ ਸੀ, ਆਪਾਂ ਸਟੇਸ਼ਨ 'ਤੇ ਕੋਈ ਮੁੱਤਰ ਉਤਰਨਾ ਹੋਵੇ, ਕਿਸੇ ਨੇ ਉਹਨੂੰ ਲੈਣ ਜਾਣਾ ਹੋਵੇ, ਪੁੱਛੀਦਾ ਵੀ ਤੂੰ ਕਿਹੜੇ ਕਿ ਪਛਾਣ ਕਿਵੇਂ ਹੋਵੇਗੀ। ਕਹਿ ਦੱਸਦਾ ਇਸ ਰੰਗ ਦੀ ਮੇਰੀ ਪੱਗ ਹੋਵੇਗੀ, ਇਸ ਰੰਗ ਦੀ ਮੇਰੀ ਕਮੀਜ਼ ਹੋਵੇ, ਪਛਾਣ ਹੈ। ਅਤੇ ਦਰਖਤਾਂ ਦੀ ਪਛਾਣ ਕੀ ਹੈ, ਬਨਸਪਤੀ ਦੀ ਪਛਾਣ ਕੀ ਹੈ, ਸ਼ਾਖਾ ਨਾਲ ਲੱਗੇ ਹੋਏ ਪੱਤੇ। ਅਤੇ ਇਸ ਮਹੀਨੇ ਵਿੱਚ ਸ਼ਾਖਾ ਨੂੰ ਪੱਤੇ ਲੱਗਦੇ ਨੇ, ਕਿਹੜੀ ਲੌਜਿਕ ਗੱਲ ਹੈ। ਇਸ ਤੋਂ ਪਹਿਲਾਂ ਪਤਝੜ ਹੁੰਦੀ ਹੈ, ਸਰਦੀਆਂ 'ਚ ਪੱਤੇ ਝੜ ਜਾਂਦੇ ਨੇ। ਅਤੇ ਜਦੋਂ ਪੱਤੇ ਝੜੇ ਹੋਣ, ਕੋਈ ਕਿਸੇ ਦਰਖਤ ਨਾਲ ਪੱਤਾ ਨਾ ਹੋਵੇ, ਉਹਦੀ ਪਛਾਣ ਵੀ ਨਹੀਂ ਜੀ ਰਹਿੰਦੀ, ਸਭ ਦੀਆਂ ਟਾਹਣੀਆਂ ਇੱਕੋ ਜਿਹੀਆਂ ਨੇ, ਕੋਈ ਪਛਾਣ ਨਹੀਂ। ਪਛਾਣ ਉਦੋਂ ਹੋਣੀ ਹੈ ਜਦੋਂ ਸ਼ਾਖਾ ਨੂੰ ਪੱਤੇ ਲੱਗਣਗੇ। ਪੱਤਿਆਂ ਦੀ ਕਿਉਂਕਿ ਸ਼ਕਲ ਹਰ ਇੱਕ ਦਰਖਤ ਦੀ ਵੱਖਰੀ ਹੁੰਦੀ ਹੈ, ਟਾਹਣੀਆਂ ਦੀ ਵੱਖਰੀ ਸ਼ਕਲ ਨਹੀਂ ਹੁੰਦੀ, ਪਰ ਪੱਤਿਆਂ ਦੀ ਸ਼ਕਲ ਵੱਖਰੀ ਹੁੰਦੀ ਹੈ। ਨਿੰਮ ਦੇ ਪੱਤੇ ਨੂੰ ਵੇਖ ਕੇ ਕੋਈ ਕਹਿ ਦਿੰਦਾ ਨਿੰਮ ਦਾ ਪੱਤਾ, ਅੰਬ ਦੇ ਪੱਤੇ ਨੂੰ ਵੇਖ ਕੇ ਕੋਈ ਆਖ ਸਕਦਾ ਅੰਬ ਦਾ ਪੱਤਾ, ਪਿੱਪਲ ਦਾ ਪੱਤੇ ਦੀ ਸ਼ਕਲ ਹੋਰ ਹੈ, ਬੋੜ ਦੇ ਪੱਤੇ ਦੀ ਸ਼ਕਲ ਹੋਰ ਹੈ, ਟਾਹਲੀ ਦੇ ਪੱਤੇ ਦੀ ਸ਼ਕਲ ਹੋਰ ਹੈ। ਉਹਨਾਂ ਪੱਤਿਆਂ ਦੀ ਸ਼ਕਲ ਤੋਂ ਹੀ ਉਹਨਾਂ ਦਾ ਨਾਮ ਪਛਾਣਿਆ ਜਾਂਦਾ ਵੀ ਮੈਂ ਟਾਹਲੀ ਦੇ ਦਰਖਤ ਥੱਲੇ ਖਲੋਤਾਂ, ਕਿਉਂਕਿ ਉਸਦੇ ਪੱਤੇ ਦੱਸ ਰਹੇ ਨੇ ਇਹ ਟਾਹਲੀ। ਮੈਂ ਫਲਾਣੇ ਬੋਰਡ ਦੇ ਥੱਲੇ ਖਲੋਤਾਂ, ਕਿਉਂਕਿ ਉਹਦੇ ਪੱਤੇ ਦੱਸ ਰਹੇ ਨੇ ਇਹ ਬੋਰਡ ਹੈ, ਨਹੀਂ ਤਾਂ ਬੋਰਡ ਨੇ ਤਾਂ ਬੋਲ ਕੇ ਨਹੀਂ ਆਖਿਆ ਮੇਰਾ ਨਾਮ ਬੋਰਡ ਹੈ। ਕਿੱਡੀ ਗਹਿਰਾਈ ਹੈ ਗੁਰਬਾਣੀ ਵਿੱਚ। ਗੁਰੂ ਕਹਿੰਦੇ ਨੇ ਮਾਨੋ ਇਸ ਮਹੀਨੇ ਅੰਦਰ
ਮੈਨੂੰ ਇਹ ਮਹੀਨਾ ਕਿਉਂ ਚੰਗਾ ਲੱਗਾ, ਕਿਉਂਕਿ ਇੱਕ ਇਸ ਪਛਾਣ ਇਸ ਮਹੀਨੇ ਦੇ ਅੰਦਰ ਦਰੱਖਤਾਂ ਨੇ ਸ਼ਾਖਾ ਨੂੰ ਪੱਤੇ ਦਿੱਤੇ ਨੇ ਅਤੇ ਆਪਣੀ ਪਛਾਣ ਕਾਇਮ ਕੀਤੀ ਹੈ। ਲਓ ਕਹਿਣ ਲੱਗੀ ਵਿਸਾਖ ਭਲਾ ਵਿਸਾਖ ਭਲਾ ਸ਼ਾਖਾ ਵੇਸ ਕਰੇ। ਕਹਿਣ ਲੱਗੇ ਗੁਰੂ ਨਾਨਕ ਨੇ ਜਿਹੜੀਆਂ ਸ਼ਾਖਾ ਲਾਈਆਂ ਸਨ ਦਸਵੇਂ ਜਾਮੇ ਵਿੱਚ, ਹੁਣ ਉਹਨਾਂ ਨੂੰ ਬਾਣਾ ਦਿੱਤਾ, ਸ਼ਕਲ ਦਿੱਤੀ ਹੈ, ਪਤਾ ਲੱਗਦਾ ਜਾਂਦਾ ਡਰ ਜਾਂਦਾ ਆ ਸਿੱਖ ਜਾ ਰਿਹਾ ਹੈ, ਵੇਸ ਸਾਡਾ ਕਕਾਰ ਭਾਵੇਂ ਸਮਝ ਲਓ, ਭਾਵੇਂ ਪੈਦਾਵਾਰ ਸਮਝ ਲਓ, ਭਾਵੇਂ ਕੇਸ ਸਮਝ ਲਓ, ਇਸ ਭਾਵੇਂ ਦਸਤਾਰ ਸਮਝ ਲਓ, ਇਹ ਸਾਰਾ ਕੁਝ ਇੱਕ ਵੇਸ ਸਾਡੀ ਪਛਾਣ ਹੈ। ਅਤੇ ਪਛਾਣ ਇਹੋ ਹੀ ਹੈ ਕਿਉਂਕਿ ਵਿਸਾਖ ਦੇ ਮਹੀਨੇ ਵਿੱਚ ਸ਼ਾਖਾ ਨੇ ਵੇਸ ਕੀਤਾ, ਆਪਣੀ ਪਛਾਣ ਕਾਇਮ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਦਿਨ ਚੁਣਿਆ। ਹੁਣ ਮੈਂ ਕੱਲ੍ਹ ਦੇ ਦਿਨ ਦੇ ਆਪਾਂ ਕੱਲ੍ਹ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁਰਬ ਮਨਾਉਣਾ, ਉਹ ਵੀ ਇਹਦੇ ਨਾਲ ਸੰਬੰਧਿਤ ਹੈ। ਮੈਂ ਸਾਰੇ ਇਤਿਹਾਸ ਨੂੰ ਇਕੱਠਾ ਕਰਨਾ ਚਾਹੁੰਦਾ ਔਰ ਗੁਰਬਾਣੀ ਰਾਹੀਂ। ਇੱਕ ਖਿਆਲ ਕਰਿਓ, ਹਰ ਇੱਕ ਸ਼ਾਖਾ ਉਹਨੂੰ ਵੇਸ ਕਰਨ ਲਈ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ। ਗੁਰਬਾਣੀ ਨੇ ਉਹਨਾਂ ਦੋਵਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। 12ਵਾਂ ਵਿੱਚ ਇੱਕ ਲਾਈਨ ਹੈ, ਕਹਿੰਦੇ ਨੇ ਜਲ ਬਿਨ ਸ਼ਾਖ ਕੁਮਲਾਵਤੀ। ਇੱਥੇ ਵੀ ਸ਼ਾਖ ਹੈ, ਜੇ ਕਿਸੇ ਦਰਖਤ ਨੂੰ ਪਾਣੀ ਨਾ ਮਿਲੇ ਟਾਹਣੀਆਂ ਸੁੱਕ ਜਾਣਗੀਆਂ। ਪਾਣੀ ਨਾ ਮਿਲਣ 'ਤੇ ਟਾਹਣੀਆਂ ਸੁੱਕਣਾ ਹੋਰ ਗੱਲ ਹੈ, ਪਰ ਮੌਸਮ ਦੀ ਚਪੇੜ ਨਾਲ, ਮੌਸਮ ਦੀ ਸ਼ਕਤੀ ਨਾਲ ਟਾਹਣੀਆਂ ਸੁੱਕਦੀਆਂ ਨਹੀਂ। ਪਤਝੜ ਆਉਂਦੀ ਹੈ, ਸਰਦੀਆਂ 'ਚ ਟਾਹਣੀਆਂ ਇਉਂ ਦਿਸਦੀਆਂ ਨੇ, ਦਰਖਤ ਸਾਰੇ ਜਿਵੇਂ ਸਭ ਸੁੱਕ ਗਏ ਨੇ, ਪਰ ਉਹ ਅੰਦਰੋਂ ਨਹੀਂ ਸੁੱਕਦੇ। ਜਦੋਂ ਮੌਸਮ ਬਦਲਦਾ, ਬਸੰਤ ਆਉਂਦੀ, ਉਹਦੇ ਅੰਦਰੋਂ ਜਿਹੜੀ ਹਰਿਆਵਲ ਹੈ ਨਾ, ਉਹ ਫਿਰ ਪੱਤੇ ਪੈਦਾ ਕਰ ਦਿੰਦੀ ਹੈ, ਸ਼ਾਖਾ ਸੁੱਕਦੀਆਂ ਨੇ। ਸ਼ਾਖਾ ਸੁੱਕਦੀਆਂ ਉਦੋਂ ਨੇ ਜਦੋਂ ਦੋ ਚੀਜ਼ਾਂ ਉਹਨਾਂ ਨੂੰ ਨਾ ਮਿਲਣ, ਇੱਕ ਤਾਂ ਪਾਣੀ ਨਾ ਮਿਲੇ। ਪਾਣੀ ਕਿਸੇ ਦਰਖਤ ਨੂੰ ਨਾ ਦਿਓ, ਕਿਸੇ ਬੂਟੇ ਨੂੰ ਨਾ ਦਿਓ, ਬੂਟਾ ਸੁੱਕ ਜਾਏਗਾ, ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ। ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਦਾਮ। ਉਹਦੇ ਵਿੱਚੋਂ ਦੌਲਤ, ਉਹਦੇ ਵਿੱਚੋਂ ਕੋਈ ਅਮੀਰੀ, ਉਹਦੀ ਕੋਈ ਕੀਮਤ ਕੁਛ ਨਹੀਂ ਰਹਿੰਦੀ, ਕਿਉਂਕਿ ਸੁੱਕ ਗਈ। ਇੱਕ ਪਾਣੀ ਦੀ ਲੋੜ ਹੈ, ਅਤੇ ਦੂਜੀ ਇੱਕ ਹੋਰ ਚੀਜ਼ ਇਦੋਂ ਵੀ ਜ਼ਿਆਦਾ ਜ਼ਰੂਰਤ ਦੀ ਹੈ, ਉਹਦਾ ਜ਼ਿਕਰ ਵੀ ਬਾਣੀ ਵਿੱਚ ਆ ਗਿਆ।
ਕਹਿੰਦੇ ਨੇ ਮੂਲ ਬਿਨਾ ਸ਼ਾਖਾ ਕਤ ਆਹੈ ਜੇ ਮੂਲ ਨਾਮ ਜੜ ਲੈ ਜੇ ਜੜ ਨਾਲੋਂ ਸ਼ਾਖਾ ਟੁੱਟ ਜਾਏ ਪਾਣੀ ਨਾ ਮਿਲੇ ਤਾਂ ਵੀ ਸੁੱਕ ਜਾਂਦੀ ਅਤੇ ਦੂਜੀ ਚੀਜ਼ ਜੇ ਜੜ ਨਾਲੋਂ ਟੁੱਟ ਜਾਏ ਸ਼ਾਖਾ ਕਿਉਂ ਮੂਲ ਦਾ ਲੋੜ ਹੈ ਗੁਰੂ ਨਾਨਕ ਨੇ ਆ ਕੇ ਸਭ ਤੋਂ ਪਹਿਲਾਂ ਮੂਲ ਮੰਤਰ ਹੀ ਕਿਉਂ ਮੂਲ ਹੀ ਕਿਉਂ ਸਮਝਾਇਆ ਕਿਉਂ ਵਾਰ ਵਾਰ ਆਖਿਆ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਬਲਕਿ ਇੱਥੋਂ ਤੱਕ ਕਹਿਤਾ ਮੂਲ ਛੋੜ ਡਾਲੀ ਲੱਗੇ ਕਿਆ ਕਾਈ ਪਾਈ ਹੈ ਛਾਈ ਮੂਲ ਨੂੰ ਛੱਡ ਕੇ ਮੂਲ ਤੋਂ ਬਿਨਾਂ ਸ਼ਾਖਾ ਕਿਸੇ ਕੰਮ ਨਹੀਂ ਨਾ ਉਹਨਾਂ ਸ਼ਾਖਾ ਨੂੰ ਪੱਤੇ ਆਉਂਦੇ ਨੇ ਨਾ ਹੋਰ ਹਰੀਆਂ ਰਹਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਅਤੇ ਉਹਨਾਂ ਨੂੰ ਮੂਲ ਦਾ ਸਾਥ ਨਹੀਂ ਮਿਲਿਆ ਲਓ ਆਹ ਦੋ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਜਿਹੜੀ ਸ਼ਾਖਾ ਮੂਲ ਨਾਲੋਂ ਟੁੱਟ ਜਾਂਦੀ ਹੈ ਵਿਸ਼ਵਾਸ ਕਰਿਓ ਉਹ ਸ਼ਾਖਾ ਹਰੀ ਨਹੀਂ ਰਹਿੰਦੀ ਉਹਨੂੰ ਪੱਤੇ ਵੀ ਨਹੀਂ ਆਉਂਦੇ ਉਹਨੂੰ ਵੇਸ ਦਾ ਵੀ ਕੋਈ ਫਾਇਦਾ ਨਹੀਂ ਜਿੰਨੇ ਕਾਗਜ਼ੀ ਫੁੱਲ ਪੈਦਾ ਹੁੰਦੇ ਨੇ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਇਹਨਾਂ ਨੂੰ ਮੂਲ ਦੀ ਵੀ ਲੋੜ ਨਹੀਂ ਪਰ ਦੇਖਣ ਨੂੰ ਉਹ ਬੂਟੇ ਨਜ਼ਰ ਆਉਂਦੇ ਨੇ ਇਹੋ ਜਿਹੇ ਬਣ ਗਏ ਨੇ ਅੱਜ ਕੱਲ੍ਹ ਬੂਟੇ ਘਰਾਂ 'ਚ ਲਗਾ ਦਿਓ ਪਤਾ ਹੀ ਨਹੀਂ ਲੱਗਦਾ ਨਵੇਂ ਆਏ ਹੋਏ ਆਦਮੀ ਨੂੰ ਕਿ ਇਹ ਬਣਾਵਟੀ ਬੂਟਾ ਹੈ ਕਿ ਅਸਲ ਬੂਟਾ ਹੈ ਅੱਜ ਸਾਡੀ ਹਾਲਤ ਵੀ ਇਹੋ ਹੀ ਹੈ ਮੂਲ ਤੋਂ ਬਿਨਾਂ ਕਾਗਜ਼ੀ ਸਿੱਖ ਬਣੇ ਹੋਏ ਹਾਂ ਕਿਸੇ ਨੂੰ ਪਛਾਣ ਕਰਨੀ ਤਾਂ ਠੀਕ ਸੱਚਮੁੱਚ ਔਖੀ ਹੈ ਕੋਈ ਹਰ ਆਦਮੀ ਆਪਣੇ ਕਿਰਦਾਰ ਨੂੰ ਛੁਪਾਈ ਬੈਠਾ ਹੈ ਉਹਨੂੰ ਪਤਾ ਨਹੀਂ ਅੰਦਰ ਹਰਿਆਵਲ ਹੈ ਕਿ ਨਹੀਂ ਬਾਹਰੋਂ ਰੰਗ ਉਹਦੇ ਭਰਤ ਉੱਤੇ ਨੇ ਗੁਲਾਬ ਹੀ ਦਿਸਦਾ ਬਾਹਰੋਂ ਰੰਗ ਉਹੋ ਜਿਹੇ ਭਰ ਦਿੱਤੇ ਨੇ ਇੱਕ ਬੜਾ ਖੂਬਸੂਰਤ ਬੂਟਾ ਹੀ ਦਿਸਦਾ ਪਰ ਉਹਦੇ ਪੱਤੇ ਮੂਲ ਵਿੱਚੋਂ ਪੈਦਾ ਨਹੀਂ ਹੋਏ ਬਾਹਰੋਂ ਲਗਾਏ ਗਏ ਨੇ ਅਤੇ ਇੱਕ ਵਾਰ ਟੁੱਟ ਗਏ ਮੁੜ ਕੇ ਉਸ ਟਾਹਣੀ ਨੂੰ ਪੱਤੇ ਲੱਗਣੇ ਵੀ ਨਹੀਂ ਜਿਹੜੀਆਂ ਸ਼ਾਖਾ ਮੂਲ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੇ ਪੱਤੇ ਟੁੱਟ ਜਾਣ ਬਲਕਿ ਇੱਥੋਂ ਤੱਕ ਜੇ ਕੋਈ ਸ਼ਾਖਾ ਨੂੰ ਵੀ ਕੱਟ ਦੇਵੇ ਹਰ ਤੁਸੀਂ ਦੇਖਦੇ ਹੋ ਬਾਗਬਾਨੀ ਵਿੱਚ ਜਾ ਕੇ ਦੇਖ ਮਾਲੀ ਹਰ ਸਾਲ ਛਾਂਗਦੇ ਨੇ ਦਰਖਤਾਂ ਨੂੰ ਪਰ ਜਿੰਨਾ ਛਾਂਗਦੇ ਨੇ ਓਨੇ ਜ਼ਿਆਦਾ ਗੂੜੇ ਪੈਦਾ ਹੁੰਦੇ ਨੇ ਜ਼ਿਆਦਾ ਸ਼ਾਖਾ ਪੈਦਾ ਹੁੰਦੀਆਂ ਨੇ ਛਾਂਗਣ ਵਾਲਾ ਉਹਨੂੰ ਦਰਖਤਾਂ ਨੂੰ ਖਤਮ ਨਹੀਂ ਕਰ ਸਕਦਾ ਕਿਉਂ ਕਿਉਂਕਿ ਉਹ ਮੂਲ ਨਾਲੋਂ ਪੈਦਾ ਹੋਏ ਨੇ ਜਿਹੜੀਆਂ ਕੌਮਾਂ ਮੂਲ ਨਾਲ ਜੁੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਛਾਂਗਣ ਵਾਲੇ ਵੀ ਬੜੇ ਪੈਦਾ ਹੁੰਦੇ ਨੇ ਐਸੀ ਗੱਲ ਨਹੀਂ ਪੈਦਾ ਹੋਏ ਨੇ ਸਾਡਾ ਇਤਿਹਾਸ ਪੜ੍ਹ ਕੇ ਦੇਖ ਲਓ ਸਾਡੀ ਹਿਸਟਰੀ ਦੱਸਦੀ ਹੈ ਛਾਂਗਣ ਵਾਲੇ ਅਬਦਾਲੀ ਵਰਗੇ ਪੈਦਾ ਹੋਏ
ਛਾਂਗਣ ਵਾਲੇ ਮੀਰ ਮੰਨੂ ਵਰਗੇ ਪੈਦਾ ਹੋਏ, ਜਿਨ੍ਹਾਂ ਨੇ ਜਨਮ ਲੈਂਦੀਆਂ ਪਰੂੰਬਲਾਂ ਨੂੰ ਵੀ ਛਾਂਗ ਦਿੱਤਾ, ਛੋਟੇ ਛੋਟੇ ਬੱਚਿਆਂ ਨੂੰ ਵੀ ਛਾਂਗ ਦਿੱਤਾ, ਪਰ ਕੀ ਸਿੱਖੀ ਖਤਮ ਹੋ ਗਈ? ਕਿਉਂਕਿ ਮੂਲ ਨਾਲ ਜੁੜੀ ਹੋਈ ਟਾਹਣੀ ਛਾਂਗ ਵੀ ਦੇਵੇ ਮਾਲੀ, ਪਰ ਸੁੱਕਦੀ ਨਹੀਂ, ਖਤਮ ਨਹੀਂ ਹੁੰਦੀ। ਪਰ ਕਿਤੇ ਇਹ ਨਾ ਸਮਝ ਲਈ ਕਿ ਮੂਲ ਦੀ ਕੋਈ ਵੈਲਿਊ ਨਹੀਂ, ਮੂਲ ਨੂੰ ਕੋਈ ਬੂਟਾ ਨਹੀਂ ਲੱਗਦਾ, ਮੂਲ ਨੂੰ ਕੋਈ ਫਲ ਨਹੀਂ ਲੱਗਦਾ। ਕਦੀ ਦੇਖਿਆ ਜੇ ਮੂਲ ਨੂੰ ਫਲ, ਅੰਬ ਉੱਪਰੋਂ ਲੋਕ ਟਾਹਣੀਆਂ ਨਾਲੋਂ ਤੋੜਦੇ ਨੇ, ਕਦੀ ਕਿਸੇ ਨੇ ਵੇਖਿਆ ਵੀ ਇਹ ਮਲ ਜਿੰਨੇ ਫਲ ਲੱਗੇ ਨੇ ਸਾਰੇ ਮੂਲ ਕਰਕੇ ਲੱਗੇ ਨੇ, ਇਸ ਲਈ ਮੂਲ ਨਾਲ ਵੀ ਖੋਲੇ ਕੋਈ ਖੂਬਸੂਰਤ ਅੰਬ ਲੱਗਾ ਹੋਵੇਗਾ? ਬਿਲਕੁਲ ਨਹੀਂ, ਮੂਲ ਨੂੰ ਨਹੀਂ ਲੱਗਦਾ, ਮੂਲ ਅੰਬ ਲਾਉਂਦਾ। ਮੇਰਾ ਮਾਲਕ, ਮੇਰਾ ਪ੍ਰਭੂ ਦਿਸਦਾ ਨਹੀਂ, ਪਰ ਉਹ ਸੰਸਾਰ ਦਿਸਣ ਵਾਲੇ ਸੰਸਾਰ ਨੂੰ ਹਰਿਆਵਲ ਦਿੰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ? ਹਰ ਗੱਲ ਦਾ ਜਵਾਬ ਬਾਣੀ ਵਿੱਚ ਹੈ। ਸਤਿਗੁਰੂ ਕਹਿੰਦੇ ਨੇ, ਉੱਪਰ ਬਣੇ ਆਕਾਸ਼, ਉੱਪਰ ਬਣੇ ਆਕਾਸ਼, ਥੱਲੇ ਧਰ ਸੋਹਤੀ। ਉੱਪਰ ਆਕਾਸ਼ ਹੈ, ਥੱਲੇ ਧਰਤੀ ਹੈ, ਧਰਤੀ 'ਤੇ ਦਰਖਤ ਨੇ, ਹਰਿਆਵਲ ਨੇ, ਫੁਲਵਾੜੀਆਂ ਨੇ, ਗਾਰਡਨ ਨੇ, ਬਾਗ ਨੇ, ਚਿੰਗ ਚਕਾਉਂਦੇ ਪੰਛੀ ਨੇ, ਖੂਬਸੂਰਤ ਪੰਛੀ ਨੇ, ਸਭ ਕੁਝ ਦੇਖਣ ਵਿੱਚ ਬੜਾ ਖੂਬਸੂਰਤ ਲੱਗਦਾ। ਪਰ ਕਦੇ ਕਿਸੇ ਨੇ ਦੇਖਿਆ ਇਹ ਸੰਸਾਰ ਜਿਹੜਾ ਬੜਾ ਖੂਬਸੂਰਤ ਹੈ, ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਕੌਣ ਹੈ? ਤੂੰ ਤਾਂ ਬਨਾਵਟੀ ਬੂਟੇ ਵੀ ਲਾ ਸਕਦਾ ਹੈ, ਤੂੰ ਬਨਾਵਟੀ ਫੁੱਲਾਂ ਦੀਆਂ, ਕਾਗਜ਼ੀ ਫੁੱਲਾਂ ਦੀਆਂ ਫੁਲਵਾੜੀਆਂ ਪੈਦਾ ਕਰ ਸਕਦਾ ਹੈ। ਪਰ ਗੁਰੂ ਕਹਿੰਦੇ ਨੇ ਉੱਪਰ ਬਣੇ ਆਕਾਸ਼, ਐਡੀ ਅਜੀਬ, ਉੱਪਰ ਦੇਖੋ ਤਾਂ ਖੂਬਸੂਰਤ ਤਾਰੇ ਰਾਤ ਨੂੰ, ਰਾਤ ਦੇ ਅੰਧੇਰੇ ਵਿੱਚ ਕਦੇ ਦੇਖੋ? ਮੈਨੂੰ ਅਜੇ ਤੱਕ ਯਾਦ ਹੈ ਅਸੀਂ ਬਚਪਨ ਵਿੱਚ ਜਦੋਂ ਛੱਤਾਂ 'ਤੇ ਸੌਂਦੇ ਸਾਂ, ਰਾਤ ਨੂੰ ਤਾਰੇ ਹੀ ਗਿਣਦੇ ਰਹਿਣਾ, ਅੰਧੇਰੀ ਰਾਤ ਦੀ ਕੋਈ ਖੂਬਸੂਰਤੀ ਹੈ? ਪਰ ਉਹ ਖੂਬਸੂਰਤੀ ਤੂੰ ਨਹੀਂ ਪੈਦਾ ਕੀਤੀ। ਸਤਿਗੁਰੂ ਕਹਿੰਦੇ ਨੇ ਉੱਪਰ ਬਣੇ ਆਕਾਸ਼, ਤਲੇ ਧਰ ਸੋਹਤੀ, ਥੱਲੇ ਤੇਰੇ ਖੂਬਸੂਰਤ ਸਜਾਈ ਹੋਈ ਧਰਤੀ ਤੈਨੂੰ ਦੇ ਦਿੱਤੀ, ਜਿੱਥੇ ਪੰਛੀ ਬੋਲ ਰਹੇ ਨੇ, ਕੋਇਲਾਂ ਕੂਕ ਰਹੀਆਂ ਨੇ, ਜਿਸ ਧਰਤੀ 'ਤੇ ਦਰਿਆ ਵਗ ਰਹੇ ਨੇ ਨਿਰਮਲ ਜਲ ਦੇ, ਚਸ਼ਮੇ ਫੁੱਟ ਰਹੇ ਨੇ, ਉਹ ਭਲਿਆ ਇਹ ਸਾਰਾ ਕੁਛ ਕਦੀ ਦੇਖ ਕਿੰਨੇ ਪੈਦਾ ਕੀਤਾ ਹੈ? ਉੱਪਰ ਬਣੇ ਆਕਾਸ਼, ਤਲੇ ਧਰ ਸੋਹਤੀ, ਦਹਿ ਦਿਸ ਪੀ, ਦਹਿ ਦਿਸ ਚਮਕੇ ਬੀਜਲ ਮੁੱਖ ਕੋ ਜੋਹਤੀ। ਜਿਹੜੀ ਅੱਜ ਬਿਜਲੀ ਵੀ ਚਮਕਦੀ ਹੈ ਨਾ, ਉਹ ਤੂੰ ਅੱਜ ਤੱਕ ਉਹਦੇ ਵਰਗੀ ਬਿਜਲੀ ਚਮਕ ਪੈਦਾ ਨਹੀਂ ਕਰ ਸਕਿਆ, ਤੇਰੀ ਬਿਜਲੀ ਮੁਹਤਾਜ ਹੈ ਸੋਚਦੇ। ਪਰ ਮੇਰੇ ਮਾਲਕ ਨੇ ਜਿਹੜੀ ਬਿਜਲੀ ਪੈਦਾ ਕੀਤੀ ਹੈ, ਉਹ ਜਦੋਂ ਚਮਕਦੀ ਹੈ ਭਾਵੇਂ ਪਲ ਭਰ ਲਈ, ਕੇਵਲ ਆਪਣੀ ਦਿਸ਼ਮਾਨ ਰੂਪ ਵਿੱਚ ਦਿਖਾਉਂਦੀ ਹੈ, ਪਰ ਉਦੋਂ ਤੇਰੀਆਂ ਅੱਖਾਂ 'ਚੋਂ ਦੀ ਆ ਜਾਂਦੀਆਂ ਨੇ। ਦੈ ਦਿਸ ਵੀ
ਚਮਕੇ ਬੀਜਲ ਮੁੱਖ ਕੋ ਜੋਤਿ। ਸੰਸਾਰ ਦੇ ਅੰਦਰ ਇਸੇ ਲਈ ਗੁਰੂ ਨੇ ਇੱਕ ਖਿਆਲ ਦੇ ਦਿੱਤਾ, ਕਹਿਣ ਲੱਗੇ ਮੈਂ ਸ਼ਿੰਗਾਰ ਕੀ ਕਰਾਂ, ਧਰਤੀ ਵੀ ਸ਼ਿੰਗਾਰ ਕਰਕੇ ਬੈਠੀ ਕਿਸੇ ਦੀ ਉਡੀਕ ਵਿੱਚ। ਵਿਸਾਖ ਦਾ ਮਹੀਨਾ ਆਇਆ, ਧਰਤੀ ਸੰਸਾਰ ਕੁਦਰਤ ਹਰ ਪਾਸੋਂ ਸੱਜ ਧਰ ਕੇ ਬੈਠੀ ਹੈ, ਕਿਸ ਲਈ, ਮੇਰੇ ਮਾਲਕ ਦੇ ਦੀਦਾਰ ਹੋ ਜਾਣ। ਇਹ ਕਿਸੇ ਦੀ ਉਡੀਕ ਲਈ ਬੈਠੀ ਹੈ, ਉਹ ਉਡੀਕ ਲਾਉਣੀ ਹੈ, ਕਿਸੇ ਦੀ ਉਡੀਕ ਵਿੱਚ ਬੈਠੀ ਹੈ। ਸਤਿਗੁਰੂ ਆਪਣੀ ਬਾਣੀ ਵਿੱਚ ਕਹਿੰਦੇ ਨੇ, ਮੈਂ ਕੀ ਦੇਖਦਾ ਹਾਂ ਕਿ ਮੈਂ ਜਬ ਮੈਂ ਕੀ ਉਹ ਸ਼ਿੰਗਾਰ, ਜਬ ਕੀ ਉਹ ਸਗਲ ਸ਼ਿੰਗਾਰ, ਤਾਂ ਮੇਰਾ ਮਨ ਨਾ ਪਤਿਆਰਾ। ਕਹਿਣ ਲੱਗੇ ਬੇਅੰਤ ਅਨੰਤ ਖੁਸ਼ਬੂਆਂ ਲਾਈਆਂ, ਸੁਗੰਧਿਤ ਤਨ ਅਣਖ ਸੁਗੰਧਿਤ ਤਨ ਮੈਂ ਲਾਵਾਂ, ਉਹ ਸੁਖ ਤਿਲ ਸਮਾਨ ਨਹੀਂ ਪਾਵੋ। ਕਹਿਣ ਲੱਗੇ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਤਨ ਵਿੱਚ ਲਾ ਕੇ ਤੂੰ ਜੇ ਆਖੇ ਮੈਨੂੰ ਉਹ ਸੁੱਖ ਮਿਲ ਜਾਏ ਜਿੰਨੀਆਂ ਸੁਗੰਧੀਆਂ ਧਰਤੀ ਨੇ ਕੁਦਰਤ ਨੇ ਲਾਈਆਂ ਹੋਈਆਂ ਨੇ, ਉਹਨਾਂ ਵਿੱਚੋਂ ਤੂੰ ਤਾਂ ਕੁਝ ਕੁ ਜੇ ਤੂੰ ਲਿਆ ਤਾਂ ਇੱਕ ਗੁਲਾਬ ਦੀ ਸੁਗੰਧੀ ਕੁਛ ਗੁਲਾਬਾਂ ਦੀ ਲਈਏ, ਉਹ ਤੂੰ ਤਨ ਲਾ ਕੇ ਆਖਣਾ ਮੈਂ ਗੁਲਾਬ ਦਾ ਅਤਰ ਲਾਇਆ ਹੋਇਆ। ਤਾਂ ਜਿਸ ਧਰਤੀ 'ਤੇ ਗੁਲਾਬ ਦੀ ਗਿਣਤੀ ਕੋਈ ਨਹੀਂ, ਉਸ ਗੁਲਾਬ ਵਿੱਚੋਂ ਥੋੜ੍ਹੀ ਜਿਹੀ ਖੁਸ਼ਬੂ ਲੈ ਕੇ ਤੂੰ ਆਖੇ ਕਿ ਮੈਂ ਦੁਨੀਆਂ ਅੰਦਰ ਖੂਬਸੂਰਤ ਬਣ ਜਾਵਾਂਗਾ, ਉਹ ਤਾਂ ਸੰਸਾਰ ਜਿੰਨੀ ਸੰਸਾਰ ਦੀ ਕੁਦਰਤ ਹੈ ਉਹ ਸਾਰੀ ਖੂਬਸੂਰਤੀ ਸੱਜ ਕੇ ਬੈਠੀ ਹੈ। ਪਰ ਕਿਉਂ ਬੈਠੀ ਹੈ? ਅਖੀਰਲੇ ਲਫ਼ਜ਼ ਵਰਤੇ ਨੇ ਇਸ ਸ਼ਬਦ ਦੇ, ਕਹਿੰਦੇ ਨੇ ਕਿਉਂ ਬੈਠੀ ਹੈ? ਇਸ ਲਈ ਕਿਉਂਕਿ ਉਹ ਵੀ ਆਸ ਲਾਈ ਬੈਠੀ ਹੈ, ਮੇਰੀ ਕੁਦਰਤ ਕਾਦਰ ਨੂੰ ਮਿਲਣ ਦੀ ਆਸ ਲਾਈ ਬੈਠੀ। ਇਹ ਜਿੰਨੀ ਕੁਦਰਤ ਦੀ ਖੂਬਸੂਰਤੀ ਹੈ ਉਹ ਕਿਸੇ ਪ੍ਰਭੂ ਦੇ ਮਿਲਾਪ ਕਰਕੇ ਹੈ, ਕਿਸੇ ਦੀ ਆਮਦ ਦੀ ਉਡੀਕ ਵਿੱਚ ਹੈ। ਅਤੇ ਇਹੋ ਗੱਲ ਗੁਰੂ ਨੇ ਬਾਣੀ ਵਿੱਚ ਆਖੀ ਹੈ। ਪਰ ਦੋ ਖਿਆਲ ਰੱਖੀ, ਦੁਨੀਆਂ ਦੀ ਹਰ ਖੂਬਸੂਰਤੀ ਹਰ ਸ਼ਾਖਾ ਭਾਵੇਂ ਉਹ ਗੁਲਾਬ ਦੇ ਫੁੱਲ ਦੀ ਹੈ ਭਾਵੇਂ ਫਲਾਂ ਦੀ ਹੈ, ਜਿੰਨੀਆਂ ਸ਼ਾਖਾ ਨੇ ਭਾਵੇਂ ਤਿੰਨ ਛਾਂ ਦੇਣ ਵਾਲੀ ਬੋੜ ਦੀ ਹੈ, ਜਿੰਨੀਆਂ ਸ਼ਾਖਾ ਨੇ ਨਾ ਉਹ ਸਾਰੀਆਂ ਸ਼ਾਖਾ ਕਿਸੇ ਪਛਾਣ ਨੂੰ ਮੰਗਦੀਆਂ ਨੇ, ਅਤੇ ਪਛਾਣ ਹੈ ਆਉਂਦੀ ਤਾਂ ਹੈ ਜੇ ਮੂਲ ਨਾਲ ਜੁੜੀ ਹੋਵੇ, ਅਤੇ ਜਿਹੜੀ ਸ਼ਾਖਾ ਮੂਲ ਤੋਂ ਟੁੱਟ ਜਾਂਦੀ ਹੈ ਉਸ ਸ਼ਾਖਾ ਦੇ ਨਾਲ ਪੱਤੇ ਵੀ ਨਹੀਂ ਪਛਾਣ ਵੀ ਨਹੀਂ ਆਉਂਦੀ। ਹੁਣ ਆਪਾਂ ਦੂਜੀ ਵਿਸਾਖ ਦਾ ਮਹੀਨਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਆਉਂਦਾ ਵੀ ਇੱਕ ਲਫ਼ਜ਼ ਹੈ, ਕਹਿੰਦੇ ਨੇ ਵਿਸਾਖ ਧੀਰ ਕਿਉਂ ਵਾਡਿਆ, ਇਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਾਰਾਂਮਾਹ ਹੈ। ਕਹਿੰਦੇ ਨੇ ਜਿਹੜੀ ਵਾਢੀਆ ਭਾਵ ਟੁੱਟੀ ਹੋਈ ਵੱਖਰੀ ਹੋਈ ਹੋਈ ਵੱਡੀ ਹੋਈ ਸ਼ਾਖਾ ਹੋਵੇ ਉਹਨੂੰ ਕਿੱਥੋਂ ਧੀਰਜ ਮਿਲੇ, ਉਹ ਤਾਂ ਵਿਛੜੀ ਹੋਈ। ਵਿਸਾਖ ਧੀਰ ਕਿਉਂ ਵਾਢੀਆ,
ਛਿੰਨਾ ਪ੍ਰੇਮ ਵਿਛੋ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਲੱਗੀ ਮਾਇਆ ਧੋ ਇਸ ਲਈ ਵਿਸਾਖ ਤਾਂ ਹੀ ਭਲਾ ਜੇ ਉਸ ਵਿਸਾਖ ਵਿੱਚ ਤੈਨੂੰ ਮੂਲ ਚੇਤੇ ਆ ਜਾਏ ਉਸ ਵਿਸਾਖ ਵਿੱਚ ਤੈਨੂੰ ਅੰਮ੍ਰਿਤ ਜਲ ਮਿਲ ਜਾਏ ਤੇ ਫਿਰ ਉਸ ਵਿਸਾਖ ਵਿੱਚ ਤੇਰੀਆਂ ਸ਼ਾਖਾ ਨੂੰ ਤੇਰਾ ਪਹਿਰਾਵਾ ਤੇਰੀ ਪਛਾਣ ਤੇਰੀ ਆਇਡੈਂਟੀ ਤੈਨੂੰ ਪੱਤੇ ਰੂਪ ਵਿੱਚ ਮਿਲ ਜਾਏ ਉਹ ਹੀ ਤੇਰਾ ਵੇਸ ਹੋਵੇਗਾ ਉਹ ਹੀ ਤੇਰਾ ਪਹਿਰਾਵਾ ਹੋਵੇਗਾ ਗੁਰੂ ਨੇ ਇਸ ਲਈ ਇਹ ਲਫ਼ਜ਼ ਵਰਤ ਦਿੱਤੇ ਵਿਸਾਖ ਭਲਾ ਵਿਸਾਖ ਭਲਾ ਸਾਖਾ ਵੇਸ ਕਰੇ ਸਾਖਾ ਵੇਸ ਕਰੇ ਧਨ ਦੇਖੇ ਹਰ ਦੁਆਰ ਹਮੇਸ਼ਾ ਸ਼ਿੰਗਾਰ ਕੀਤਾ ਜਾਂਦਾ ਕਿਸੇ ਦੀ ਉਡੀਕ ਵਿੱਚ ਇੱਕ ਵਾਰ ਕੀਤੀ ਸੀ ਛੁੱਟੀ ਦਾ ਦਿਨ ਹੋਵੇ ਨਾ ਘਰ ਮੈਲੇ ਪੁਰਾਣੇ ਕੱਪੜੇ ਪਵਾ ਕੇ ਬੈਠੇ ਹੋਈਦੇ ਕਿਸੇ ਨੇ ਆਉਣਾ ਤਾਂ ਜੇ ਪਤਾ ਅਚਾਨਕ ਲੱਗ ਜਾਏ ਕਿ ਕਿਸੇ ਨੇ ਘਰ ਆਉਣਾ ਹੈ ਉੱਠ ਕੇ ਸਜਣਾ ਸਵਾਰਨਾ ਸ਼ੁਰੂ ਕਰ ਦੇਈਦਾ ਗੁਰੂ ਕਹਿੰਦੇ ਨੇ ਇਹ ਮਨ ਸਾਰੀ ਕੁਦਰਤ ਸੱਜ ਕੇ ਕਿਉਂ ਬੈਠੀ ਹੈ ਇਹ ਵੀ ਕਿਸੇ ਦੀ ਉਡੀਕ ਕਰ ਰਹੀ ਹੈ ਗੁਰੂ ਕਹਿੰਦੇ ਨੇ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ ਧਨ ਦੇਖੇ ਹਰ ਦੁਆਰ ਆਵੋ ਦਇਆ ਵਿਸਾਖ ਭਲਾ ਵਿਸਾਖ ਭਲਾ ਅੱਜ ਵਿਸਾਖ ਚੜਿਆ ਹੈ ਜਿਹਦੇ ਅਰਥ ਗੁਰੂ ਨਾਨਕ ਨੇ ਕੀਤੇ ਨੇ ਕਿ ਸ਼ਾਖਾ ਨੇ ਵੇਸ ਲੈਣਾ ਹੈ ਅਤੇ ਵੇਸ ਕਿਉਂ ਲੈਣਾ ਹੈ ਉਹ ਉਹਦਾ ਸ਼ਿੰਗਾਰ ਹੈ ਅਤੇ ਸ਼ਿੰਗਾਰ ਕਿਉਂ ਕਰਨਾ ਹੈ ਕਿਉਂਕਿ ਪ੍ਰੀਤਮ ਦੇ ਆਉਣ ਦਾ ਸੰਦੇਸ਼ ਹੈ
ਮਾਲਕ ਨੇ ਆਉਣਾ, ਘਰ ਆਉਣਾ। ਇਸ ਲਈ ਸਾਰੀ ਕੁਦਰਤ ਸ਼ਿੰਗਾਰ ਕਰਕੇ ਬੈਠੀ ਹੈ, ਅਤੇ ਉਹ ਸ਼ਿੰਗਾਰ ਵੇਸ ਸ਼ਾਖਾ ਨੂੰ ਜਿਹੜਾ ਮਿਲਿਆ ਉਹ ਮਿਲਿਆ ਸਿਰਫ ਇਹਨਾਂ ਦਿਹਾੜਿਆਂ ਵਿੱਚ। ਇਸ ਲਈ ਬਸੰਤ ਰੁੱਤ ਅਤੇ ਬਸੰਤ ਰੁੱਤ ਨਾਲ ਹੀ ਵਿਸਾਖ ਜੋੜਿਆ ਹੈ। ਚੇਤ ਬਸੰਤ ਵਾਲਾ ਆਪਾਂ ਪਿਛਲੇ ਮਹੀਨੇ ਪੜ੍ਹਿਆ ਸੀ, ਕਹਿਣ ਲੱਗੇ ਭਲੀਏ ਰੁੱਤੇ, ਚੇਤ ਅਤੇ ਵਿਸਾਖ ਦੋਨੋਂ ਰੁੱਤਾਂ, ਦੋਨੋਂ ਮਹੀਨੇ ਬਸੰਤ ਰੁੱਤ ਵਿੱਚ ਆਉਂਦੇ ਨੇ। ਮੈਂ ਗੱਲ ਕੀਤੀ ਸੀ 12 ਮਹੀਨੇ ਨੇ, 6 ਰੁੱਤਾਂ ਨੇ, 6 ਰੁੱਤਾਂ ਮੰਨੀਆਂ ਜਾਂਦੀਆਂ ਨੇ, 12 ਮਹੀਨੇ ਮੰਨੇ ਜਾਂਦੇ ਨੇ, ਅਤੇ ਉਸ ਦੇ ਅਨੁਸਾਰ ਇੱਕ ਰੁੱਤ ਦੇ ਹਿੱਸੇ 2 ਮਹੀਨੇ ਆਉਂਦੇ ਨੇ। ਅਤੇ ਚੇਤ ਵਿਸਾਖ ਇਹ 2 ਮਹੀਨੇ ਬਸੰਤ ਦੇ ਹਿੱਸੇ ਆਏ ਨੇ। ਅਤੇ ਬਸੰਤ ਕੀ ਹੈ? ਇੱਕ ਖੂਬਸੂਰਤੀ ਦਾ ਚਿੰਨ੍ਹ। ਜਦੋਂ ਸੰਸਾਰ ਦੀ ਕੁਦਰਤ ਜਿਹੜੀ ਹੈ ਉਹ ਖੂਬਸੂਰਤ ਬਣਦੀ ਹੈ, ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਹਰਿਆਵਲ ਹੁੰਦੀ ਚੜ੍ਹਦੀ ਹੈ, ਅਤੇ ਇਸ ਵਿੱਚ ਗੁਰੂ ਨਾਨਕ ਆਇਆ। ਸੋ ਇਹ ਸਾਰੀ ਚੀਜ਼ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵੀ ਅਗਲਾ ਹਿੱਸਾ ਲੈਣਾ, ਕਿਉਂਕਿ ਕੱਲ੍ਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਮਦ ਦਿਹਾੜਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਮੁਚੀਆ ਵਧਾਈਆਂ, ਲਾਗ ਰਤਨ ਪਰਵਾਰ ਪਰੀਆਂ ਸ਼ਬਦ ਗਮਨੇ ਆਈਆਂ, ਸ਼ਬਦ ਤਗਾਵੋ।